ਭਾਰਤੀ ਹਵਾਈ ਫੌਜ ਦਾ C17 ਗਲੋਬ ਮਾਸਟਰ ਕਾਜ਼ੀਆਬਾਦ ਦੇ ਹਿੰਡਨ 에ਅਰ ਬੇਸ ਤੋਂ ਰੂਮਾਨੀਆ ਦੇ ਲਈ ਰਵਾਨਾ ਹੋ ਗਿਆ ਹੈ। ਇਹ ਜਹਾਜ਼ ਕਰੀਬ 4900 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਤਕਰੀਬਨ 5.5 ਘੰਟੇ ਵਿੱਚ ਰੂਮਾਨੀਆ ਪਹੁੰਚੇਗਾ ਤੇ ਮੰਨਿਆ ਜਾ ਰਿਹਾ ਹੈ ਕਿ ਆਪਣੀ ਪਹਿਲੀ ਉਡਾਨ ਵਿੱਚ ਇਹ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ 에ਅਰ ਲਿਫਟ ਕਰਕੇ ਬੁੱਧਵਾਰ ਦੇਰ ਸ਼ਾਮ ਤੱਕ ਭਾਰਤ ਲਈ ਆ ਸਕਦਾ ਹੈ। ਭਾਰਤ ਸਰਕਾਰ ਦੇ ਆਪਰੇਸ਼ਨ ਗੰਗਾ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫੌਜ ਨੂੰ ਵੀ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸੀ। ਤੇ ਦੱਸਿਆ ਜਾ ਰਿਹਾ ਹੈ ਕਿ ਰੂਮਾਨੀਆ ਬਾਰਡਰ ਉਤੇ ਇਸ ਸਮੇਂ ਕਰੀਬ 5000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਫਸੇ ਹੋਏ ਨੇ ਜਿਨ੍ਹਾਂ ਨੂੰ ਭਾਰਤ ਵਾਪਸ ਆਉਣ ਦਾ ਇੰਤਜ਼ਾਰ ਹੈ